ਅਸੀਂ ਕਰ ਵੀ ਕਹਿ ਸਕਦੇ ਹਾਂ ਜੀ, ਸਾਡੀ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਛੋਟੇ। हाँ हाँ जी बेबसे है जी। पर ਜਿਹੜੇ ਹਾਕਮ बैठे ने वो सोचते ही नहीं आम जनता बारे, उन्होंने वोटा चाहिए ने लोग पा रहे ने बस। ਹੁਣ ਤਾਂ बहुत ਕੰਮ खराब कर दिया, पता नहीं पंजाब सरकार से जहाँ हिंदुस्तान से है ही नहीं पैसा, पता नहीं क्या हो गया क्या नहीं, बहुत बुरी हालत हुई भी है। लोगों की बेबसी सरकार की बेरुखी का नतीजा है। पैसा पैसा करके वधदे पेट्रोल डीजल के रेट ने लोगों की फिक्र भी उस रफ्तार नाल वधाई है। लोग आस मुका चुके ने पर सियासत जारी है। कांग्रेस ने महंगाई मुक्त अभियान तहत पंजाब पर प्रदर्शन किया। अमृतसर च सर्कुलर रोड बंद करके बैठे कांग्रेस के साबका विधायक ने सड़क ते खाली भांडे रख केंद्र सरकार खिलाफ विरोध जता रहे ने ते नाल ही सलाह विरोधियों कोल पंजाब दी आम आदमी पार्टी सरकार लई भी है। मोहाली च भी कांग्रेस ने मोर्चा लाया। साबका मंत्री भी सड़कां ते सिलेंडर लैण निकले। पंजाब सरकार अपने तौर ते जिहड़ा वा टैक्स जिहड़ा घटा सकदी आ। मैं मुख मंत्री साहब नूं एक बेनती करूंगा कि तुसीं भी जिहड़ा वा इहदा जिहड़ा वा घट तो घट रेट करो। जिन्ना टैक्स जिहड़ा वा पंजाब सरकार माफ कर सकदी आ, ਵੱਧ ਤੋਂ ਵੱਧ ਜਿਹੜਾ ਵਾ ਟੈਕਸ ਮਾਫ ਕਰਨਾ ਚਾਹੀਦਾ ਵਾ। ਜੇਕਰ ਅਸੀਂ ਲੋਕਾਂ ਨੂੰ ਨਾ ਜਗਾਇਆ, ਜੇ ਲੋਕ ਨਾ ਜਾਗਰੂਕ ਹੋਏ ਤਾਂ ਪੰਜਾਬ ਦਾ ਕੀ ਹਿੰਦੁਸਤਾਨ ਦਾ ਬਹੁਤ ਵੱਡਾ ਘਾਣ ਕਰਨ ਵਾਲੀ ਆ ਜਿਹੜੀ। ਤੇਲ ਦੀਆਂ ਕੀਮਤਾਂ ਆਸਮਾਨ ਛੂਣ ਲੱਗੀਆਂ ਨੇ। ਪਿਛਲੇ 14 ਦਿਨਾਂ 'ਚ 12 ਦਫਾ ਪੈਟਰੋਲ ਡੀਜ਼ਲ ਦੇ ਰੇਟਾਂ 'ਚ ਇਜ਼ਾਫਾ ਹੋਇਆ। 12 ਦਿਨਾਂ 'ਚ 8 ਰੁਪਏ 40 ਪੈਸੇ ਪੈਟਰੋਲ ਮਹਿੰਗਾ ਹੋ ਗਿਆ। 15 ਰੁਪਏ ਤਨਖਾਹ ਵੱਧਦੀ ਆ ਤਾਂ 30 ਰੁਪਏ ਖਰਚੇ ਵੱਧਦੇ ਆ ਨਾਲ। ਇਹਦਾ ਤਾਂ ਇੱਕ ਹੀ ਹੱਲ ਹੈ ਜੀ, ਫਿਜ਼ੀਕਲ ਯੂਜ਼। ਸਾਈਕਲ ਰੱਖੋ, ਜਿੱਥੇ ਜ਼ਰੂਰੀ ਆ ਉੱਥੇ ਹੀ ਤੇ ਜਾਓ, ਉੱਥੇ ਹੀ ਗੱਡੀਆਂ ਨੂੰ ਵਰਤੋ। ਨਾ ਸਿਰਫ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ ਮੋਟਰਸਾਈਕਲ ਸੜਕਾਂ ਤੇ ਉਤਾਰਨੇ ਮੁਸ਼ਕਿਲ ਨੇ, ਸਗੋਂ ਸੀਐਨਜੀ ਨੇ ਵੀ ਛਾਲ ਮਾਰੀ ਹੈ। ਦਿੱਲੀ 'ਚ ਸੀਐਨਜੀ ਦੇ ਰੇਟ ਦੇ ਵਿੱਚ 2 ਰੁਪਏ 50 ਪੈਸੇ ਦਾ ਵਾਧਾ ਕਰ ਦਿੱਤਾ ਗਿਆ। ਯਾਨੀ ਕਿ ਮਹਿੰਗਾਈ ਦਾ ਇੱਕ ਜਾਂ ਦੋ ਪਾਸਿਓਂ ਨਹੀਂ ਚੌਤਰਫਾ ਅਟੈਕ ਹੋ ਰਿਹਾ। ਪੰਜਾਬ 'ਚ ਵੀ ਕੋਈ ਅਜਿਹਾ ਜ਼ਿਲ੍ਹਾ ਨਹੀਂ ਜਿੱਥੇ ਪੈਟਰੋਲ ਦਾ ਰੇਟ 100 ਰੁਪਏ ਤੋਂ ਘੱਟ ਹੋਵੇ। ਅੰਮ੍ਰਿਤਸਰ ਦੇ ਵਿੱਚ ਪੈਟਰੋਲ ਦਾ ਰੇਟ 103 ਰੁਪਏ 69 ਪੈਸੇ ਹੈ, ਜਦੋਂ ਕਿ ਡੀਜ਼ਲ ਦਾ ਰੇਟ 92 ਰੁਪਏ 37 ਪੈਸੇ। ਲੁਧਿਆਣਾ ਦੇ ਵਿੱਚ ਪੈਟਰੋਲ 103 ਰੁਪਏ 55 ਪੈਸੇ, ਡੀਜ਼ਲ 92 ਰੁਪਏ 23 ਪੈਸੇ। ਪਟਿਆਲਾ 'ਚ ਪੈਟਰੋਲ 103 ਰੁਪਏ 46 ਪੈਸੇ, ਡੀਜ਼ਲ 92 ਰੁਪਏ 15 ਪੈਸੇ। ਫਰੀਦਕੋਟ ਦੇ ਵਿੱਚ ਪੈਟਰੋਲ 103 ਰੁਪਏ 59 ਪੈਸੇ, ਡੀਜ਼ਲ 92 ਰੁਪਏ 27 ਪੈਸੇ। मोहाली दे विच पेट्रोल 104 रुपए 1 पैसे, डीजल 92 रुपए 67 पैसे। फाजिलका च पेट्रोल 103 रुपए 76 पैसे, डीजल 92 रुपए 43 पैसे। मोगा च पेट्रोल 103 रुपए 83 पैसे, डीजल 92 रुपए 5 पैसे। हुशियारपुर दे विच पेट्रोल दा रेट 103 रुपए 22 पैसे, डीजल दी कीमत 91 रुपए 93 पैसे, जदों कि जलंधर दे विच पेट्रोल दा रेट 103 रुपए है, जदों कि डीजल दी कीमत 91 रुपए 71 पैसे है। ਮਹਿੰਗਾਈ ਨੇ किस कदर लोगों का तरा ਕੱਢਿਆ ਹੋਇਆ ਹੈ, ਇਹ ਅੰਕੜੇ भी ਦੱਸਦੇ ਨੇ ਤੇ लोग अपनी जुबानी भी। कांग्रेस ने मोर्चा ਖੋਲਿਆ ਹੋਇਆ ਹੈ पर सत्ता धिर बीजेपी तो सवाल लाजम है, क्योंकि तकरीबन 9 ਵਰੇ ਪਹਿਲਾਂ 2013 'ਚ ਵੀ ਮਹਿੰਗਾਈ ਦਾ ਮੁੱਦਾ ਗਰਮਾਇਆ ਹੋਇਆ ਸੀ ਤੇ ਮਹਿੰਗੇ ਭਾਅ ਦੇ ਪੈਟਰੋਲ ਤੇ ਗੈਸ ਸਿਲੰਡਰ ਲੈ कई दफा बीजेपी ਲੀਡਰਾਂ ਨੇ ਸਿਆਸੀ ਰੋਟੀਆਂ ਸੇਕੀਆਂ ਸਨ। पर ਅੱਜ ਉਸੇ ਪਾਰਟੀ ਦੀ ਸਰਕਾਰ ਹੈ ਤੇ ਲੋਕਾਂ ਦੇ ਚੁੱਲ੍ਹੇ ਠੰਡੇ ਪੈਂਦੇ ਜਾ ਰਹੇ ਨੇ। ਸਵਾਲ ਜ਼ਰੂਰ ਹੋਏਗਾ ਕਿ ਆਖਿਰ ਸਰਕਾਰ ਨੂੰ ਮਹਿੰਗਾਈ ਹੁਣ ਨਜ਼ਰ ਕਿਉਂ ਨਹੀਂ ਆ ਰਹੀ। ਉੱਪਰ ਜਿਹੜੇ ਹਾਕਮ ਬੈਠੇ ਨੇ ਉਹ ਸੋਚਦੇ ਹੀ ਨਹੀਂ ਆਮ ਜਨਤਾ ਬਾਰੇ, ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ, ਲੋਕ ਪਾ ਰਹੇ ਨੇ ਬਸ। ਜਿਸ ਦਿਨ ਸਾਡਾ ਸੋਚ ਬਦਲੂਗੀ, ਹੈਲਥ ਨੂੰ ਐਜੂਕੇਸ਼ਨ ਨੂੰ ਸੋਚ ਕੇ ਆ ਮਹਿੰਗਾਈ ਨੂੰ ਬੋਲ ਕੇ ਲੋਕ ਪੁੱਛ ਕੇ ਵੋਟ ਪਾਣਗੇ, ਉਦੋਂ ਕੁਛ ਹੱਲ ਹੋਊਗਾ। ਵੈਸੇ ਤਾਂ ਚੱਲ ਰਿਹਾ ਹੁਣ ਤਾਂ ਬਹੁਤ ਕੰਮ ਖਰਾਬ ਕਰ ਦਿਆ, ਪਤਾ ਨਹੀਂ ਪੰਜਾਬ ਸਰਕਾਰ 'ਚ ਜਾਂ ਹਿੰਦੁਸਤਾਨ 'ਚ ਹੈ ਹੀ ਨਹੀਂ ਪੈਸਾ, ਪਤਾ ਨਹੀਂ ਕਿਆ ਹੋ ਗਿਆ ਕਿਆ ਨਹੀਂ, ਬਹੁਤ ਬੁਰੀ ਹਾਲਤ ਹੋਈ ਵੀ ਇਹਨਾਂ ਦੀ। ਠੀਕ ਹੈ ਨਹੀਂ, ਹੁਣ ਗਰੀਬ ਆਦਮੀ ਤਾਂ ਕੁਛ ਵੀ ਨਹੀਂ ਕਰ ਸਕਦਾ। ਚਲੋ ਮਾੜੇ ਮੋਟੇ ਅਸੀਂ ਤਾਂ ਹੈਗੇ, ਚਲੋ ਪੈਨਸ਼ਨ ਮਿਲੀ ਥੋੜ੍ਹੀ ਬਹੁਤੀ। ਜਿਹਨਾਂ ਦੇ ਜਿਹੜੇ ਦਿਹਾੜੀਦਾਰ ਬੰਦੇ ਉਹਨਾਂ ਦਾ ਬਹੁਤ ਬੁਰੀ ਹਾਲਤ ਹੈ। ਪਹਿਲਾਂ ਦੇ ਮੁਕਾਬਲੇ ਕਿੰਨੀ ਕੁ ਮਹਿੰਗਾਈ ਦੇਖ ਰਹੇ ਹੋ ਤੁਸੀਂ? ਦੁੱਗਣੀ ਹੈ ਜੀ, ਇੱਕਦਮ ਦੁੱਗਣੀ ਹੋ ਗਈ ਜੀ ਮਹਿੰਗਾਈ ਤਾਂ। ਲੱਗਦਾ ਘਟੂਗੀ? ਉਮੀਦ ਨਹੀਂ ਹੈ। ਗੁਆਂਢੀ ਮੁਲਕਾਂ ਦੇ ਵਿੱਚ ਵੀ ਮਹਿੰਗਾਈ ਨੇ ਸਰਕਾਰਾਂ ਹਿਲਾਈਆਂ ਹੋਈਆਂ ਨੇ। ਸ਼੍ਰੀਲੰਕਾ ਦੇ ਵਿੱਚ ਤਾਂ ਆਰਥਿਕ ਮੰਦਹਾਲੀ ਕਰਕੇ ਐਮਰਜੈਂਸੀ ਲਾਉਣੀ ਪਈ ਹੈ ਤੇ ਪਾਕਿਸਤਾਨ ਦੇ ਵਿੱਚ ਵੀ ਸਰਕਾਰ ਡਗਮਗਾ ਗਈ ਹੈ ਤੇ ਇਧਰ ਭਾਰਤ ਦੇ ਵਿੱਚ ਵੀ ਮਹਿੰਗਾਈ ਨੇ ਲੋਕਾਂ ਨੂੰ ਮਦੋਲ ਦਿੱਤਾ ਹੈ। ਦੂਜੇ ਪਾਸੇ ਸਰਕਾਰ ਰਾਹਤ ਦੇਣ ਦੇ ਮੂਡ 'ਚ ਨਜ਼ਰ ਨਹੀਂ ਆ ਰਹੀ ਤੇ ਜਨਤਾ ਕੋਲ ਮਹਿੰਗਾਈ ਦੀ ਚੱਕੀ 'ਚ ਪਿਸਣ ਦੇ ਇਲਾਵਾ ਕੋਈ ਚਾਰਾ ਨਹੀਂ।